ਭਾਈ ਤੁਹਾਡਾ ਲੁਖਵਿੰਦਰ ਸਿੰਘ ਹੈ ਜੀ। ਕਿਹੜਾ ਪਿੰਡ ਹੈ ਤੇ ਆਪਣੇ? ਪਿੰਡ ਕੋਠਾ ਗੁਰੂ ਕਾ, ਜ਼ਿਲ੍ਹਾ ਬਠਿੰਡਾ, ਤਹਿਸੀਲ ਫੂਲ, ਡਾਕਖਾਨਾ ਭਗਤਾ ਭਾਈ ਕਾ, ਥਾਣਾ। ਕਿੰਨਾ ਕਿੰਨਾ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਚੱਕੜ ਆਇਆ? ਇਹ 3:45 ਦਾ। ਪੌਣੇ ਕੁ 4 ਵਜੇ ਆਇਆ ਗਾ। ਆਹ ਸਾਡਾ 4.5-5 ਲੱਖ ਰੁਪਈਆ ਤਾਂ ਤਬਾਹ ਹੋ ਹੀ ਗਿਆ, ਅਤੇ 4.5 ਤੋਂ ਲੈ ਕੇ 5 ਲੱਖ ਰੁਪਈਆ ਸਾਡਾ 10 ਲੱਖ ਰੁਪਈਆ ਨੁਕਸਾਨ ਹੋ ਗਿਆ। ਜਿਹੜੇ ਲੱਗੇ ਸੀ ਪਹਿਲਾਂ ਉਹ ਵੀ ਗਏ, ਤੇ ਹੋਰ ਨਵੇਂ ਲੱਗਣ ਨੂੰ ਥਾ। ਬਣਾਇਆ ਕੀ ਸ਼ੈੱਡ? ਬਣੇ ਕਾਹਦਾ ਬਣੇ ਸ਼ੈੱਡ? ਇਹ ਸ਼ੈੱਡਾਂ ਮਸ਼ੀਨ ਖਾਤਰ ਪਾਇਆ ਸੀਗਾ, ਇਹਨੂੰ ਤਾਂ ਹਜੇ ਸਾਡੇ 8 ਤੋਂ 10 ਦਿਨ ਹੀ ਹੋਏ ਆ ਪਾਏ ਨੂੰ। ਜਿਹੜਾ ਸਾਰਾ ਤਬਾਹ ਕਰਤਾ ਉਹ ਪਿੱਛੇ ਸਾਡਾ ਸ਼ੈੱਡ ਸੀ 70 ਫੁੱਟ, ਸਾਰਾ ਉਹ ਤਬਾਹ ਹੋ ਗਿਆ, ਕੋਈ ਕੰਧ ਨਹੀਂ ਛੱਡੀ, ਸਾਰੀਆਂ ਕੰਧਾਂ ਸਿੱਟਤੀਆਂ। ਇਹ ਆਹ ਗੇਟ ਹੈਗਾ, ਇਹ ਗੇਟ ਅਸੀਂ ਸਾਡੇ ਪਿੰਡ ਬਾਹਰ ਸ਼ਮਸ਼ਾਨ ਘਾਟ ਇੱਥੋਂ 25-30 ਕਿੱਲੇ ਪਾਸੇ ਇਹ ਗੇਟ ਅਸੀਂ ਉੱਥੋਂ ਚੱਕ ਕੇ ਲੱਗੇ, 2.5 ਕੁਇੰਟਲ ਦਾ ਗੇਟ ਆ ਇਹ। ਬਹੁਤ ਤੇਜ਼ ਝੱਖੜ ਸੀਗਾ, ਤਗੜਾ ਤੂਫਾਨ ਸੀਗਾ, ਬਹੁਤ ਬਵੰਡਰ ਸੀਗਾ ਜੀ ਇਹ। ਬਵੰਡਰ ਸੀ, ਹਨੇਰੀ ਚਕੇੜਾ ਨਹੀਂ ਕਹਿ ਸਕਦੇ, ਇਹਨੂੰ ਗੋਲ ਘੁੱਗਦਾ ਸੀ। ਇਹ ਅਸੀਂ 25-30 ਕਿੱਲੇ ਤੋਂ ਚੱਕ ਕੇ ਲੈ ਕੇ, ਜਿਹੜਾ ਉੱਥੋਂ ਸਮਾਨ ਚੱਕਿਆ ਹੋਊਗਾ 25-25-30-30 ਕਿੱਲਿਆਂ ਤੱਕ ਸਿੱਟਿਆ ਗਾ। ਟੋਟਲ ਹੁਣ ਕਿੰਨਾ ਨੁਕਸਾਨ ਇਸ ਪਿੰਡ 'ਚ ਹੋਇਆ? ਸਾਡੇ ਪਿੰਡ ਦੇ ਵਿੱਚ ਬਹੁਤ ਨੁਕਸਾਨ ਹੋ ਗਿਆ ਜੀ, ਜਿੰਨੇ ਏਰੀਏ ਦੇ ਵਿੱਚ ਲੰਘੇ ਕਿਸੇ ਦਾ ਛੱਡਿਆ ਹੀ ਨਹੀਂ ਗਾ, ਛੱਡਦਾ ਕਿਸੇ ਦਾ ਛੱਡਿਆ ਹੀ ਨਹੀਂ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਜੇ ਸਰਕਾਰ ਮੁਆਵਜ਼ਾ ਦੇ ਦੇ ਹੋਰ ਕੀ ਹੈ ਸਾਨੂੰ। ਕੋਈ ਆਇਆ ਇੱਥੇ ਵਿਧਾਇਕ ਜਾਂ ਕੋਈ? ਵਿਧਾਇਕ ਜੀ ਬਲਕਾਰ ਸਿੱਧੂ ਸਾਹਿਬ ਆਏ ਸੀ, ਉਹਨੇ ਮੁਲਾਜ਼ਮ ਭੇਜਾਂਗੇ ਅਸੀਂ, ਹੁਣ ਵੇਖੋ ਕੀ ਬਣਦਾ ਜੀ। ਕੋਈ ਹੈ ਉਹਦੇ 'ਚ ਆਪਣਾ ਕੀ ਨੁਕਸਾਨ ਹੋਇਆ ਜੀ? ਨੁਕਸਾਨ ਇਹ ਵੀ ਕੋਲ ਸੋਲ ਦੀ ਛੱਤ ਸੀ, ਉਹ ਸਾਰੀ ਕਰੈਕਟ ਹੋ ਗਈ ਗੱਲ, ਪਿਛਲਾ ਜਿਹੜਾ ਸਿੱਕਾ ਸੀ ਉਹ ਵੀ ਖਰਾਬ ਹੋ ਗਿਆ, ਜਿਹੜੀ ਥਰਮਾਕੂਲ ਲੱਗੀ ਸੀ ਉਹ ਵੀ ਖਰਾਬ ਹੋ ਗਈ ਪਾਣੀ। ਅਪਰੋਕਸੀਮੇਟ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਆਪਣਾ? 9-10 ਲੱਖ ਰੁਪਏ। ਅਤੇ ਫਸਲਾਂ ਦਾ ਨੁਕਸਾਨ ਵੀ ਹੋਇਆ ਜੀ ਆਪਣਾ? ਫਸਲਾਂ ਦਾ ਨੁਕਸਾਨ ਹੋਇਆ, ਨੁਕਸਾਨ ਕਰਨ ਤੋਂ ਖਰਾਬ ਗੱਡੇ ਨੇ ਮਾਰ। ਠੀਕ ਹੈ ਜੀ, ਠੀਕ ਹੈ, ਇੱਥੇ ਗੜੇ ਵਾਲੇ ਆ। ਇਹ ਕੀ ਹਾਲਾਤ ਕੀ ਸੀਗੇ ਜੀ? ਤੁਸੀਂ ਤਾਂ ਦੇਖਿਆ ਸਾਰਾ ਬਵੰਡਰ, ਜਿਹੜਾ ਚੱਕਰਵਾਤੀ ਤੂਫਾਨ ਗਿਆ ਘਰੇ ਸੀਗਾ ਜਦੋਂ 3:30 ਵਜੇ ਤਕਰੀਬਨ ਆਇਆ ਜੀ, ਜਿਹੜਾ ਬਵੰਡਰ ਸੀ ਇਹ 3-4 ਮਿੰਟਾਂ 'ਚ ਇਹਨੇ ਫਰਾਂ ਕਰਤਾ, ਕਿਸੇ ਨੂੰ ਟਾਈਮ ਦਿੱਤਾ ਹੀ ਲੈਂਦਾ ਸੀ, ਫੋਨ ਨਹੀਂ ਦਿੱਤਾ। ਅਤੇ ਸਾਰਾ ਸ਼ੈੱਡ ਸੀਗਾ ਇੱਥੇ, ਹਾਂ, ਇੱਕ ਦਾ ਮੁੰਡਾ ਉਹ ਬੈਠਾ ਅਤੇ ਇੱਕ ਅਸੀਂ ਘਰੇ ਆ, ਉਹਦੇ 7 ਵਜੇ ਪੈਰ 'ਤੇ ਲੱਤ ਵਿੱਚ ਆ ਗਈ। ਸਾਰਾ ਟੁੱਟ ਗਿਆ, ਇਹ ਸਾਰੇ ਟੁੱਟ ਗਏ। ਕਿੰਨਾ ਨੁਕਸਾਨ ਹੋ ਗਿਆ ਜਗ੍ਹਾ ਤਾਂ? ਹਾਂ, 4.5-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ। ਇੰਨੇ ਦਾ ਤੇ ਆ ਕੰਬਾਈਨ ਨੂੰ ਵੀ ਨੁਕਸਾਨ ਹੋਇਆ? ਕੰਬਾਈਨ ਦਾ ਨੁਕਸਾਨ ਪਤਾ ਲੱਗ, ਖੋਲੇ ਖਾਲੇ ਖੋਲ ਕੇ ਪਤਾ ਲੱਗ, 50,000 ਰੁਪਏ ਦਾ ਨੁਕਸਾਨ ਤਾਂ ਪਏਗਾ ਮਸ਼ੀਨ ਦਾ। ਹੋਇਆ ਕੋਈ ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹਾਂ ਜੀ, ਸਾਡਾ ਮੁਆਵਜ਼ਾ ਦਿੱਤਾ ਜਾਵੇ, ਅਸੀਂ ਸਮਾਨ ਠੀਕ ਚੱਲ ਗਿਆ। ਭਾਈ ਤੁਹਾਡਾ? ਲੁਖਵਿੰਦਰ ਸਿੰਘ ਹੈ ਜੀ। ਕਿਹੜਾ ਪਿੰਡ ਹੈ ਤੇ ਆਪਣੇ? ਪਿੰਡ ਕੋਠਾ ਗੁਰੂ ਕਾ, ਜ਼ਿਲ੍ਹਾ ਬਠਿੰਡਾ, ਤਹਿਸੀਲ ਫੂਲ, ਡਾਕਖਾਨਾ ਭਗਤਾ ਭਾਈ ਕਾ, ਥਾਣਾ। ਕਿੰਨਾ ਕਿੰਨਾ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਚੱਕੜ ਆਇਆ? ਇਹ 3:45 ਦਾ। ਹਾਂ, 3:45 ਆਇਆ ਗਾ। ਆਹ ਸਾਡਾ 4.5-5 ਲੱਖ ਰੁਪਈਆ ਤਾਂ ਤਬਾਹ ਹੋ ਹੀ ਗਿਆ, ਅਤੇ 4.5-5 ਲੱਖ ਰੁਪਈਆ ਸਾਡਾ 10 ਲੱਖ ਰੁਪਈਆ ਨੁਕਸਾਨ ਹੋ ਗਿਆ। ਜਿਹੜੇ ਲੱਗੇ ਸੀ ਪਹਿਲਾਂ ਉਹ ਵੀ ਗਏ, ਤੇ ਹੋਰ ਨਵੇਂ ਲੱਗਣ ਨੂੰ ਥਾ। ਬਣਾਇਆ ਕੀ ਸ਼ੈੱਡ? ਬਣੇ ਕਾਹਦਾ ਬਣੇ ਸ਼ੈੱਡ? ਇਹ ਸ਼ੈੱਡਾਂ ਮਸ਼ੀਨ ਖਾਤਰ ਪਾਇਆ ਸੀਗਾ, ਇਹਨੂੰ ਤਾਂ ਹਜੇ ਸਾਡੇ 8 ਤੋਂ 10 ਦਿਨ ਹੀ ਹੋਏ ਆ ਪਾਏ ਨੂੰ। ਜਿਹੜਾ ਸਾਰਾ ਤਬਾਹ ਕਰਤਾ ਉਹ ਪਿੱਛੇ ਸਾਡਾ ਸ਼ੈੱਡ ਸੀ 70 ਫੁੱਟ, ਸਾਰਾ ਉਹ ਤਬਾਹ ਹੋ ਗਿਆ, ਕੋਈ ਕੰਧ ਨਹੀਂ ਛੱਡੀ, ਸਾਰੀਆਂ ਕੰਧਾਂ ਸਿੱਟਤੀਆਂ। ਇਹ ਆਹ ਗੇਟ ਹੈਗਾ, ਇਹ ਗੇਟ ਅਸੀਂ ਸਾਡੇ ਪਿੰਡ ਬਾਹਰ ਸ਼ਮਸ਼ਾਨ ਘਾਟ ਇੱਥੋਂ 25-30 ਕਿੱਲੇ ਪਾਸੇ ਇਹ ਗੇਟ ਅਸੀਂ ਉੱਥੋਂ ਚੱਕ ਕੇ ਲੱਗੇ, 2.5 ਕੁਇੰਟਲ ਦਾ ਗੇਟ ਆ ਇਹ। ਬਹੁਤ ਤੇਜ਼ ਝੱਖੜ ਸੀਗਾ, ਤਗੜਾ ਤੂਫਾਨ ਸੀਗਾ, ਬਹੁਤ ਬਵੰਡਰ ਸੀਗਾ ਜੀ ਇਹ। ਬਵੰਡਰ ਸੀ,
ਨੇਰੀ ਚ ਕਿਹੜਾ ਨੀ ਕਹਿ ਸਕਦੇ ਨੂੰ ਗੋਲ ਘੁਗਦਾ ਸੀ। ਇਹ ਅਸੀਂ ਹੁਣ 25 ਤੋਂ 30 ਕਿੱਲੇ ਤੋਂ ਚੱਕ ਕੇ ਲੈ ਕੇ ਜਿਹੜਾ ਉੱਥੋਂ ਸਮਾਨ ਚੱਕਿਆ ਹੋਊਗਾ 25-25, 30-30 ਕਿੱਲਿਆਂ ਤੱਕ ਸਿੱਟਿਆ। ਟੋਟਲ ਹੁਣ ਕਿੰਨਾ ਨੁਕਸਾਨ ਇਸ ਪਿੰਡ ਚ ਹੋਇਆ? ਸਾਡੇ ਪਿੰਡ ਦੇ ਵਿੱਚ ਬਹੁਤ ਨੁਕਸਾਨ ਹੋ ਗਿਆ ਜੀ। ਜਿੰਨੇ ਏਰੀਏ ਦੇ ਵਿੱਚ ਲੰਘੇ ਕਿਸੇ ਦਾ ਛੱਡਿਆ ਹੀ ਨਹੀਂ ਗਾ, ਛੱਡਦਾ ਕਿਸੇ ਦਾ ਛੱਡਿਆ ਹੀ ਨਹੀਂ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਜੇ ਸਰਕਾਰ ਮੁਆਵਜ਼ਾ ਦੇ ਦੇ ਹੋਰ ਕੀ ਹੈ ਸਾਨੂੰ? ਕੋਈ ਆਇਆ ਇੱਥੇ ਵਿਧਾਇਕ ਜਾਂ ਕੋਈ? ਵਿਧਾਇਕ ਜੀ ਬਲਕਾਰ ਸਿੱਧੂ ਸਾਹਿਬ ਆਏ ਸੀ, ਉਹਨੇ ਮੁਲਾਜ਼ਮ ਭੇਜਾਂਗੇ ਅਸੀਂ, ਹੁਣ ਵੇਖੋ ਕੀ ਬਣਦਾ ਜੀ। ਕੋਈ ਹੈ ਉਹਦੇ 'ਚ ਆਪਣਾ ਕੀ ਨੁਕਸਾਨ ਹੋਇਆ ਜੀ? ਨੁਕਸਾਨ ਇਹ ਵੀ ਕੋਲ ਸੋਲ ਦੀ ਛੱਤ ਸੀ, ਉਹ ਸਾਰੀ ਕਰੈਕ ਹੋ ਗਈ ਗਈ ਹੈ। ਪਿਛਲਾ ਜਿਹੜਾ ਸਿੱਕਾ ਸੀ ਉਹ ਵੀ ਖਰਾਬ ਹੋ ਗਿਆ, ਜਿਹੜੀ ਥਰਮਾਕੂਲ ਲੱਗੀ ਸੀ ਉਹ ਵੀ ਖਰਾਬ ਹੋ ਗਈ ਪਾਣੀ। ਅਪਰੋਕਸੀਮੇਟਲੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਆਪਣਾ? 9-10 ਲੱਖ ਰੁਪਏ। ਅਤੇ ਫਸਲਾਂ ਦਾ ਨੁਕਸਾਨ ਵੀ ਹੋਇਆ ਜੀ ਆਪਣਾ? ਫਸਲਾਂ ਦਾ ਨੁਕਸਾਨ ਹੋਇਆ? ਨੁਕਸਾਨ ਕਰਨ ਤੋਂ ਖਰਾਬ ਗੱਡੇ ਨੇ ਮਾਰ ਕੇ। ਠੀਕ ਹੈ, ਇੱਥੇ ਗੜੇ ਵਾਲੇ ਆ। ਇਹ ਕੀ ਹਾਲਾਤ ਕੀ ਸੀਗੇ ਜੀ? ਤੁਸੀਂ ਤਾਂ ਦੇਖਿਆ ਸਾਰਾ ਬਵੰਡਰ ਜਿਹੜਾ ਚੱਕਰਵਾਤੀ ਤੂਫਾਨ ਗਿਆ। ਘਰੇ ਸੀਗਾ ਜਦੋਂ ਮੈਂ 3:30 ਵਜੇ ਤਕਰੀਬਨ ਆਇਆ ਜੀ, ਜਿਹੜਾ ਬਵੰਡਰ ਸੀ ਇਹ 3-4 ਮਿੰਟਾਂ 'ਚ ਇਹਨੇ ਫਰਾਂਹ ਕਰਤਾ ਕਿਸੇ ਨੂੰ, ਟਾਈਮ ਦਿੱਤਾ ਹਿਲਣ ਦਾ, ਜਿਹਦੇ ਫੋਨ ਨਹੀਂ ਦਿੱਤਾ। ਅਤੇ ਸਾਰਾ ਛੱਡ ਸੀਗਾ ਇੱਥੇ, ਇੱਕ ਦਾ ਮੁੰਡਾ ਉਹ ਬੈਠਾ ਅਤੇ ਇੱਕ ਅਸੀਂ ਘਰੇ ਉਹਦੇ 7 ਵਜੇ ਪੈਰ 'ਤੇ ਲੱਤ ਵਿੱਚ ਆ ਗਈ। ਸਾਰਾ ਟੁੱਟ ਗਿਆ ਇਹ? ਸਾਰੇ ਟੁੱਟ ਗਏ। ਕਿੰਨਾ ਨੁਕਸਾਨ ਹੋ ਗਿਆ ਜਗ੍ਹਾ ਤੋਂ? ਹਾਂ, 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ। ਇੰਨੇ ਦਾ ਤੇ ਆ ਕੰਬਾਈਨ ਨੂੰ ਵੀ ਨੁਕਸਾਨ ਹੋਇਆ? ਕੰਬਾਈਨ ਨੁਕਸਾਨ ਪਤਾ ਲੱਗ ਕੋਲੇ ਖਾਲੀ ਕੋਲੇ ਕੇ ਪਤਾ ਲੱਗ 1000 ਰੁਪਏ ਦਾ ਨੁਕਸਾਨ ਤਾਂ ਪਿਆ ਮਸ਼ੀਨ ਦਾ ਹੋਇਆ। ਕੋਈ ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹਾਂ ਜੀ। ਸਾਡਾ ਮੁਆਵਜ਼ਾ ਦਿੱਤਾ ਜਾਵੇ, ਅਸੀਂ ਸਮਾਨ ਠੀਕ ਚੱਲ ਗਿਆ ਵਾ।